أعوذ بالله من الشيطان الرجيم بسم الله الرحمن الرحيم سوئے صف بنن والیاں دی صف بننی پوری پھر قسم چڑکن والیاں دی تمکا کے پھر پڑھن والیاں دی یاد کر کے معبود تہاڈا ضرور اکو ہے رب آسمان تے زمین دا تے جو بچکار ہے انہاں دے تے رب چڑھدیاں دا ਅਸਾਂ ਸਜਾਇਆ ਦੁਨੀਆਂ ਦੇ ਆਸਮਾਨ ਨੂੰ ਇੱਕ ਸੋਪਣ ਨਾਲ ਜੋ ਤਾਰੇ ਨੇ ਤੇ ਰਾਖੀ ਕਰ ਦਿੱਤੀ ਹਰ ਸ਼ੈਤਾਨ ਬੇਫਰਮਾਨ ਤੋਂ ਸੁਣ ਨਹੀਂ ਸਕਦੇ ਨੇ ਗੱਲ ਉਤਲੀ ਮਜਲਸ ਦੀ ਤੇ ਅੰਗਾਰਿਆਂ ਮਾਰ ਪੈਂਦੀ ਨੇ ਹਰ ਪਾਸਿਓਂ ਤੇ ਉਹਨਾਂ ਨੂੰ ਹਮੇਸ਼ਾ ਦੀ ਮਾਰ ਏ ਪਰ ਜਿਹੜਾ ਲੈ ਗਿਆ ਝੁਟਾ ਮਾਰ ਕੇ ਫਿਰ ਮਗਰ ਪਿਆ ਉਹਦੇ ਅੰਗਾਰਾ ਚਮਕਦਾ ਹੁਣ ਪੁੱਛੋ ਇਹਨਾਂ ਨੂੰ ਭਲਾ ਇਹ ਲੋਕ ਵਧੇਰੇ ਸਖਤ ਨੇ ਪੈਦਾ ਕਰਨੇ ਜਾਂ ਜਿਨ੍ਹਾਂ ਚੀਜ਼ਾਂ ਨੂੰ ਅਸੀਂ ਪਹਿਲੇ ਪੈਦਾ ਕਰ ਚੁੱਕੇ ਹਾਂ ਅਸਾਂ ਪੈਦਾ ਕੀਤਾ ਇਹਨਾਂ ਨੂੰ ਚੀਕਣੇ ਗਾਰੇ ਤੋਂ ਸਗੋਂ ਤੂੰ ਕੁਦਰਤ ਦੇ ਕ੍ਰਿਸ਼ਮਿਆਂ ਨੂੰ ਅਚਰਜ ਜਾਤਾ ਹੈ ਤੇ ਉਹ ਮਾਹੌਲ ਕਰਦੇ ਨੇ ਤੇ ਜਦ ਮਤ ਦਿੱਤੀ ਜਾਏ ਮਤ ਨਹੀਂ ਲੈਂਦੇ ਤੇ ਜਦ ਵੇਖਣ ਕੁਝ ਨਿਸ਼ਾਨੀ ਮਾਹੌਲ ਕਰਦੇ ਨੇ ਤੇ ਆਖਦੇ ਨੇ ਨਹੀਂ ਏ ਪਰ ਸਾਫ ਜਾਦੂ ਭਲਾ ਜਦ ਅਸੀਂ ਮਰ ਗਏ ਤੇ ਹੋ ਗਏ ਖਾਕ ਤੇ ਹੱਡੀਆਂ ਭਲਾ ਅਸੀਂ ਫੇਰ ਉਠਾਏ ਜਾਵਾਂਗੇ ਭਲਾ ਤੇ ਸਾਡੇ ਪਿਓ ਦਾਦੇ ਅਗਲੇ ਵੀ ਤੂੰ ਆਖ ਹਾਂ ਨਾਲੇ ਤੁਸੀਂ ਖੁਆਰ ਹੋਵੋਗੇ ਸੋ ਉੱਠਣਾ ਨੇਰਾ ਇੱਕੋ ਚਿੜਕਦੀ ਮਾਰ ਏ ਫਿਰ ਤਦੋਂ ਹੀ ਇਹ ਵੇਖਣ ਲੱਗ ਪੈਣਗੇ ਤੇ ਆਖਣਗੇ ਸਾਡੀ ਇਹ ਖਰਾਬੀ ਏ ਐ ਆ ਗਿਆ ਦਿਨ ਬਦਲਾ ਮਿਲਣ ਦਾ ਇਹ ਦਿਨ ਏ ਫੈਸਲੇ ਦਾ ਜਿਸ ਨੂੰ ਤੁਸੀਂ ਝੁਠਲਾਉਂਦੇ ਰਹੇ ਇਕੱਠਾ ਕਰੋ ਜ਼ਾਲਮਾਂ ਨੂੰ ਤੇ ਉਹਨਾਂ ਦੇ ਜੋੜਿਆਂ ਨੂੰ ਤੇ ਜਿਸ ਨੂੰ ਪੂਜਦੇ ਹੁੰਦੇ ਸਨ ਸਵਾ ਅੱਲਾ ਦੇ ਫਿਰ ਪਾਓ ਇਹਨਾਂ ਨੂੰ ਦੋਜ਼ਖ ਦੇ ਰਾਹ ਤੇ ਠਹਿਰਾਓ ਇਹਨਾਂ ਨੂੰ ਪੁੱਛਿਆ ਜਾਣਾ ਹੈ ਹੁਣ ਕੀ ਹੋ ਗਿਆ ਤੁਹਾਨੂੰ ਇੱਕ ਦੂਜੇ ਦੀ ਮਦਦ ਨਹੀਂ ਕਰਦੇ ਹੋ ਸਗੋਂ ਉਹ ਅੱਜ ਮੰਨਦੇ ਜਾਂਦੇ ਨੇ ਤੇ ਮੂੰਹ ਕੀਤਾ ਇਕਣਾ ਨੇ ਇਕਣਾ ਵੱਲ ਆਪੇ ਵਿੱਚ ਪੁੱਛਣ ਲੱਗੇ ਜ਼ਰੂਰ ਤੁਸੀਂ ਆਉਂਦੇ ਹੁੰਦੇ ਸੋ ਸਾਡੇ ਕੋਲ ਸੱਜਿਓ ਕੁਰਾ ਪਾਉਣ ਵਾਸਤੇ ਆਖਿਓ ਨੇ ਸਗੋਂ ਤੁਸੀਂ ਆਪ ਨਹੀਂ ਸੋ ਮੰਨਣ ਵਾਲੇ ਤੇ ਨਹੀਂ ਸੀ ਅਸਾਂ ਦਾ ਤੁਸਾਂ ਉੱਤੇ ਕੁਝ ਜ਼ੋਰ ਵੀ ਸਗੋਂ ਤੁਸੀਂ ਆਪ ਸੋ ਲੋਕ ਫਿੱਟੇ ਹੋਏ ਸੋ ਸਭ ਤੋਂ ਹੀ ਸਾਡੇ ਜਿੰਨੇ ਗੱਲ ਸਾਡੇ ਰੱਬ ਦੀ ਅਸਾਂ ਜ਼ਰੂਰ ਅਜ਼ਾਬ ਚੱਖਣਾ ਹੈ ਫਿਰ ਕੋਰਾਏ ਪਾਇਆ ਅਸਾਂ ਤੁਹਾਨੂੰ ਅਸੀਂ ਆਪ ਸੋ ਕੋਰਾ ਪਏ ਹੋਏ ਸੋ ਉਹ ਉਸ ਦਿਨ ਅਜ਼ਾਬ ਵਿੱਚ ਭਾਈਵਾਲ ਹੋਣਗੇ ਅਸੀਂ ਇਸੇ ਤਰ੍ਹਾਂ ਕਰਨੇ ਹਾਂ ਪਾਪੀਆਂ ਨਾਲ ਉਹਨਾਂ ਦਾ ਇਹ ਹਾਲ ਸੀ ਜਦ ਆਖੀ ਦਾ ਸੀ ਉਹਨਾਂ ਨੂੰ ਅੱਲਾ ਬਿਨ ਕੋਈ ਪੂਜਾ ਦੇ ਲਾਇਕ ਨਹੀਂ ਕਮੰਡ ਕਰਦੇ ਸਨ ਤੇ ਆਖਦੇ ਸਨ ਭਲਾ ਅਸਾਂ ਛੱਡ ਦੇਣੇ ਨੇ ਮਹਬੂਦ ਆਪਣੇ ਇੱਕ ਸ਼ਾਇਰ ਸੁਦਾਈ ਦੇ ਆਖੇ ਉਹ ਸਗੋਂ ਲਿਆਇਆ ਸੀ ਸੱਚਾ ਦੀਨ ਤੇ ਸੱਚ ਕਰ ਮੰਨਿਆ ਸੀ ਸਭ ਪੈਗੰਬਰਾਂ ਨੂੰ ਤੁਸਾਂ ਜ਼ਰੂਰ ਚੱਖਣੀ ਹੈ ਦੁੱਖ ਦੀ ਮਾਰ ਤੇ ਨਾ ਬਦਲਾ ਪਾਓਗੇ ਪਰ ਜੋ ਤੁਸੀਂ ਕਰਦੇ ਸੋ ਮਹਿਫੂਜ਼ ਹੋਣਗੇ ਪਰ ਬੰਦੇ ਅੱਲਾ ਦੇ ਚੁਣੇ ਹੋਏ ਉਹ ਨੇ ਜਿਨ੍ਹਾਂ ਦੀ ਰੋਜ਼ੀ ਮਾਲੂਮ ਹੈ ਮੇਵੇ ਨੇਮਤਾਂ ਦੇ ਬਾਗਾਂ ਵਿੱਚ ਤੇ ਉਹਨਾਂ ਦੀ ਇੱਜ਼ਤ ਕੀਤੀ ਜਾਏਗੀ ਤਖ਼ਤਾਂ ਉੱਤੇ ਆਹਮੋ ਸਾਹਮਣੇ ਬੈਠਣਗੇ ਲਈ ਫਿਰਦੇ ਨੇ ਉਹਨਾਂ ਕੋਲ ਭਰ ਭਰ ਕੇ ਪਿਆਲੇ ਚਮਕਦੀ ਸ਼ਰਾਬ ਦੇ ਮਜ਼ਾ ਦਿੰਦਾ ਪੀਣ ਵਾਲਿਆਂ ਨੂੰ ਨਾ ਉਸ ਵਿੱਚ ਕੁਝ ਖਰਾਬੀ ਤੇ ਨਾ ਉਹਨਾਂ ਨੂੰ ਉਸ ਨਾਲ ਮਸਤੀ ਆਵੇ ਤੇ ਉਹਨਾਂ ਕੋਲ ਨੇ ਨਜ਼ਰ ਨੂੰ ਰੋਕ ਰੱਖਣ ਵਾਲੀਆਂ ਮੋਟੀ ਅੱਖ ਵਾਲੀਆਂ
ਜਿਵੇਂ ਉਹ ਆਂਡੇ ਨੇ ਟੱਕ ਰੱਖੇ ਹੋਏ। ਫਿਰ ਮੂੰਹ ਕੀਤਾ ਇਕਨਾਂ ਨੇ ਇਕਨਾਂ ਵੱਲ, ਆਪੇ ਵਿੱਚ ਪੁੱਛਣ ਲੱਗੇ। ਆਖਿਆ ਇੱਕ ਆਖਣ ਵਾਲੇ ਨੇ ਉਹਨਾਂ ਵਿੱਚੋਂ, ਜ਼ਰੂਰ ਮੇਰਾ ਸੀ ਇੱਕ ਸਾਥੀ ਦੁਨੀਆਂ ਵਿੱਚ। ਆਖਦਾ ਸੀ, ਕਿਉਂ ਤੂੰ ਵੀ ਤਸਦੀਕ ਕਰਨ ਵਾਲਿਆਂ ਵਿੱਚੋਂ ਹੈ? ਭਲਾ ਜਦ ਅਸੀਂ ਮਰ ਗਏ ਤੇ ਹੋ ਗਏ ਖਾਕ ਤੇ ਹੱਡੀਆਂ, ਭਲਾ ਸਾਨੂੰ ਬਦਲਾ ਵੀ ਮਿਲਣਾ? ਆਖਣ ਲੱਗਾ, ਭਲਾ ਤੁਸੀਂ ਚਾਤ ਵੀ ਤੇ ਪਾਓ, ਜੇ ਉਹ ਹੋਣ ਕਿੱਥੇ ਵੇ? ਫਿਰ ਚਾਤ ਪਾਈ ਤਾਂ ਡਿੱਠਾ ਉਹਨੂੰ ਵਿਚਕਾਰ ਦੋਜ਼ਖ ਦੇ। ਆਖਣ ਲੱਗਾ, ਸੌ ਅੱਲਾ ਦੀ, ਤੂੰ ਜ਼ਰੂਰ ਟੋਟੇ ਵਿੱਚ ਡੇਗ ਦੇਣ ਲੱਗਾ ਸੀ ਮੈਨੂੰ, ਤੇ ਜੇ ਕਦੇ ਨਾ ਹੁੰਦਾ ਅਹਿਸਾਨ ਮੇਰੇ ਰੱਬ ਦਾ ਤਾਂ ਹੋ ਜਾਂਦਾ ਮੈਂ ਵੀ ਫੜਿਆ ਗਿਆ ਵਿੱਚੋਂ। ਜ਼ਰੂਰ ਫਿਰ ਨਾ ਅਸਾਂ ਮਰਨਾ ਹੈ ਹੁਣ, ਪਰ ਮੌਤ ਜਿਹੜੀ ਪਹਿਲੇ ਆ ਚੁੱਕੀ ਸਾਨੂੰ, ਤੇ ਨਾ ਸਾਨੂੰ ਅਜ਼ਾਬ ਹੋਣਾ। ਜ਼ਰੂਰ ਇਹੋ ਹੀ ਬੜੀ ਮੁਰਾਦ ਮਿਲਣੀ, ਇਹੋ ਜਿਹੀ ਚੀਜ਼ ਲਈ ਕਮਾਉਣਾ ਚਾਹੀਦਾ ਹੈ ਕਮਾਉਆਂ ਨੂੰ। ਭਲਾ ਇਹ ਹੀ ਚੰਗੀ ਮਹਿਮਾਨੀ ਜਾਂ ਦਰਖਤ ਥੋੜਦਾ? ਅਸਾਂ ਉਹ ਬਣਾਇਆ ਆਜ਼ਮਾਣਾ ਜ਼ਾਲਮਾਂ ਦਾ। ਜ਼ਰੂਰ ਇੱਕ ਦਰਖਤ ਹੈ ਜੋ ਉੱਗਦਾ ਹੈ ਦੋਜ਼ਖ ਦੇ ਥੱਲਿਓਂ, ਸ਼ਗੂਫਾ ਉਹਦਾ ਜਿਉਂ ਉਹ ਸਰ ਨੇ ਪੂਤਣਿਆਂ ਦੇ, ਸੋ ਉਹਨਾਂ ਜ਼ਰੂਰ ਖਾਣਾ ਉਸ ਵਿੱਚੋਂ, ਫਿਰ ਭਰਨੇ ਨੇ ਉਸ ਤੋਂ ਟਿੱਡ, ਫਿਰ ਜ਼ਰੂਰ ਉਹਨਾਂ ਲਈ ਉਸ ਖਾਣੇ ਉੱਤੇ ਰਲਾਣੇ ਦੀ ਚੀਜ਼ ਹੈ ਸੜਦਾ ਪਾਣੀ, ਫਿਰ ਜ਼ਰੂਰ ਉਹਨਾਂ ਦੇ ਮੁੜ ਜਾਣੇ ਦਾ ਥਾਂ ਹੈ ਦੋਜ਼ਖ ਵੱਲ। ਜ਼ਰੂਰ ਉਹਨਾਂ ਨੇ ਡਿੱਠੇ ਆਪਣੇ ਪਿਓ ਦਾਦੇ ਕੋ ਰਾਹ ਪਏ ਹੋਏ, ਫਿਰ ਉਹ ਉਹਨਾਂ ਹੀ ਦੇ ਮਗਰ ਦੌੜਦੇ ਰਹੇ, ਤੇ ਜ਼ਰੂਰ ਕੋਰਾ ਪੈ ਚੁੱਕੇ ਇਹਨਾਂ ਦੇ ਪਹਿਲੇ ਬਹੁਤੇ ਅਗਲੇ ਲੋਕ, ਤੇ ਜ਼ਰੂਰ ਭੇਜੇ ਅਸਾਂ ਉਹਨਾਂ ਵਿੱਚ ਡਰਾਉਣ ਵਾਲੇ। ਫਿਰ ਵੇਖ ਕੀਕਰ ਹੋਇਆ ਔੜਕ ਉਹਨਾਂ ਦਾ ਜਿਨ੍ਹਾਂ ਨੂੰ ਡਰਾਇਆ ਸੀ, ਪਰ ਬੰਦੇ ਅੱਲਾ ਦੇ ਚੁਣੇ ਹੋਏ। ਤੇ ਜ਼ਰੂਰ ਆਵਾਜ਼ ਕੀਤੀ ਸਾਨੂੰ ਨੂਹ ਨੇ, ਫਿਰ ਵਾਹਵਾ ਦੁਆ ਕਬੂਲ ਕਰਨ ਵਾਲੇ ਹਾਂ, ਤੇ ਬਚਾ ਦਿੱਤਾ ਅਸਾਂ ਉਹਨੂੰ ਤੇ ਉਹਦੇ ਘਰਦਿਆਂ ਨੂੰ ਵੱਡੀ ਸਖਤੀਆਂ, ਤੇ ਕਰ ਦਿੱਤੀ ਅਸਾਂ ਔਲਾਦ ਉਹਦੀ ਮੇਰੇ ਉਹ ਬਾਕੀ ਰਹਿਣ ਵਾਲੇ, ਤੇ ਬਾਕੀ ਰੱਖੀ ਅਸਾਂ ਉਸ ਦੀ ਤਾਰੀਫ ਪਿਛਲਿਆਂ ਵਿੱਚ। ਸਲਾਮ ਨੂੰ ਉੱਤੇ ਸਾਰੇ ਜੱਗ ਵਿੱਚ, ਅਸੀਂ ਇਸੇ ਤਰ੍ਹਾਂ ਬਦਲਾ ਦਿੰਦੇ ਹਾਂ ਨੇਕ ਬਖਤਾਂ ਨੂੰ। ਜ਼ਰੂਰ ਉਹ ਸੀ ਸਾਡੇ ਬੰਦਿਆਂ ਇਮਾਨਦਾਰਾਂ ਵਿੱਚੋਂ, ਫਿਰ ਗਰਕ ਕੀਤੇ ਅਸਾਂ ਦੂਸਰੇ, ਤੇ ਜ਼ਰੂਰ ਉਸੇ ਦੇ ਰਾਹ ਤੁਰਨ ਵਾਲਿਆਂ ਵਿੱਚੋਂ ਹੀ ਇਬਰਾਹੀਮ ਜਦ ਆਇਆ ਆਪਣੇ ਰੱਬ ਕੋਲ ਬੇਰੋਗਾ ਦਿਲ ਲੈ ਕੇ। ਜਦ ਆਖਿਓ ਸੋ ਆਪਣੇ ਪਿਓ ਤੇ ਆਪਣੀ ਕੌਮ ਨੂੰ ਕੀ ਪੂਜਦੇ ਹੋ? ਭਲਾ ਝੂਠ ਬਣਾਏ ਹੋਏ ਮਾਬੂਦਾਂ ਨੂੰ ਸਵਾਲ ਅੱਲਾ ਦੇ ਚਾਹੁੰਦੇ ਹੋ? ਫਿਰ ਕੀ ਗੁਮਾਨ ਹੈ ਤੁਹਾਡਾ ਸਾਰੇ ਜੱਗ ਦੇ ਪਾਲਣਹਾਰ ਬਾਰੇ? ਫਿਰ ਵੇਖਿਓ ਸੋ ਇੱਕ ਵਾਰੀ ਨਜ਼ਰ ਕਰਕੇ ਤਾਰਿਆਂ ਵਿੱਚ ਤੇ ਆਖਿਓ ਸੋ ਮੈਂ ਬਿਮਾਰ ਹਾਂ। ਉਹ ਲੋਕ ਫਿਰ ਮੁੜ ਗਏ ਉਸ ਵੱਲੋਂ ਮਗਰ ਫੇਰ ਕੇ, ਫਿਰ ਚੋਰੀ ਗਿਆ ਉਹਨਾਂ ਦੇ ਮਾਬੂਦਾਂ ਵੱਲ, ਫਿਰ ਆਖਣ ਲੱਗਾ, ਕਿਉਂ ਨਹੀਂ ਖਾਂਦੇ ਹੋ? ਕੀ ਹੋ ਗਿਆ ਤੁਹਾਨੂੰ? ਬੋਲਦੇ ਨਹੀਂ ਹੋ? ਫਿਰ ਪਿਲ ਪਿਆ ਉਹਨਾਂ ਉੱਤੇ ਮਾਰਦਾ ਮਾਰਦਾ ਸੱਜੇ ਹੱਥ ਨਾਲ, ਫਿਰ ਆਏ ਉਸ ਵੱਲ ਦੌੜਦੇ। ਆਖਿਓ ਸੂ ਕਿਉਂ ਪੂਜਦੇ ਹੋ ਜੋ ਆਪੇ ਕਰਦੇ ਹੋ? ਅੱਲਾ ਨੇ ਪੈਦਾ ਕੀਤਾ ਤੁਹਾਨੂੰ ਤੇ ਜੋ ਬਣਾਉਂਦੇ ਹੋ ਤੁਸੀਂ। ਆਖਿਓ ਨੇ, ਵੱਲੋ ਇਹਦੇ ਲਈ ਇੱਕ ਵਲਗਨ, ਫਿਰ ਸੁੱਟਦੇ ਹੋ ਇਸ ਨੂੰ ਅੱਗ ਦੇ ਢੇਰ ਵਿੱਚ। ਫਿਰ ਚਾਹੋ ਨੇ ਉਹਨੂੰ ਦਾ ਲਾਣਾ, ਫਿਰ ਕਰ ਦਿੱਤਾ ਅਸਾਂ ਉਹਨਾਂ ਨੂੰ ਨੀਵਿਆਂ, ਤੇ ਆਖਿਓ ਸੂ ਇਬਰਾਹੀਮ ਨੇ, ਮੈਂ ਜਾਣ ਵਾਲਾ ਆਪਣੇ ਰੱਬ ਵੱਲ, ਉਹ ਮੈਨੂੰ ਰਾਹ ਦੇਗਾ। ਮੇਰੇ ਰੱਬਾ ਬਖਸ਼ ਮੈਨੂੰ ਕੋਈ ਨੇਕ ਪੁੱਤਰ। ਫਿਰ ਖੁਸ਼ਖਬਰੀ ਦਿੱਤੀ ਅਸਾਂ ਉਹਨੂੰ ਮੁੰਡੇ ਜਿਗਰੇ ਵਾਲੇ ਦੀ। ਫਿਰ ਜਦ ਪਹੁੰਚਿਆ ਉਸ ਨਾਲ ਦੌੜਨ ਦੀ ਉਮਰ ਨੂੰ, ਆਖਿਓ ਸੂ ਇਹ ਮੇਰੇ ਬਚੜੇ,
ਜ਼ਰੂਰ ਮੈਂ ਵੇਖਣਾ ਸੁਪਨੇ ਵਿੱਚ ਪਰ ਮੈਂ ਤੈਨੂੰ ਜ਼ਿਬਾ ਪਿਆ ਕਰਨਾ ਵਾਂ। ਫਿਰ ਵੇਖ ਤੇਰੀ ਕੀ ਰਾਹ ਏ। ਆਖਿਓ ਸੁਹਾ ਮੇਰੇ ਪਿਓ, ਕਰ ਜੋ ਹੁਕਮ ਹੁੰਦਾ ਈ, ਤੂੰ ਵੇਖ ਲਏਗਾ ਮੈਨੂੰ ਜੇ ਚਾਹੇ ਅੱਲਾ ਨੇ ਸਬਰ ਕਰਨ ਵਾਲਿਆਂ ਥੀ। ਫਿਰ ਜਦ ਦੋਵਾਂ ਨੇ ਹੁਕਮ ਮੰਨਿਆ ਤੇ ਲੰਮਾ ਪਾਇਓ ਸੀ ਉਹਨੂੰ ਮੱਥੇ ਦੇ ਭਾਰ ਤੇ ਆਵਾਜ਼ ਕੀਤੀ ਅਸਾਂ ਉਹਨੂੰ ਪਾਈ ਹੈ ਇਬਰਾਹੀਮ, ਜ਼ਰੂਰ ਸੱਚਾ ਕਰ ਵਿਖਾਇਆ ਈ ਸੁਪਨਾ, ਅਸੀਂ ਇਸੇ ਤਰ੍ਹਾਂ ਬਦਲਾ ਦਿੰਦੇ ਹਾਂ ਨੇਕ ਬਖਤਾਂ ਨੂੰ। ਜ਼ਰੂਰ ਇਹੋ ਹੀ ਅਜ਼ਮਾਣਾ ਖੁੱਲ੍ਹਾ ਖੁੱਲ੍ਹਾ ਤੇ ਬਦਲਾ ਦਿੱਤਾ ਅਸਾਂ ਉਸ ਦਾ ਕੁਰਬਾਨੀ ਵੱਡੀ ਤੇ ਬਾਕੀ ਰੱਖੀ ਅਸਾਂ ਉਸ ਉੱਤੇ ਪਿਛਲਿਆਂ ਵਿੱਚ ਭਾਈ ਸਲਾਮ ਏ ਇਬਰਾਹੀਮ ਉੱਤੇ। ਇਸੇ ਤਰ੍ਹਾਂ ਅਸੀਂ ਬਦਲਾ ਦਿੰਦੇ ਹਾਂ ਨੇਕ ਬਖਤਾਂ ਨੂੰ। ਜ਼ਰੂਰ ਉਹ ਹੈ ਸਾਡਿਆਂ ਇਮਾਨਦਾਰਾਂ ਬੰਦਿਆਂ ਵਿੱਚੋਂ ਤੇ ਖੁਸ਼ਖਬਰੀ ਦਿੱਤੀ ਅਸਾਂ ਉਹਨੂੰ ਇਸਹਾਕ ਦੀ ਜੋ ਪੈਗੰਬਰ ਹੋਵੇਗਾ ਨੇਕ ਬਖਤਾਂ ਵਿੱਚੋਂ ਤੇ ਬਰਕਤ ਪਾਈ ਅਸਾਂ ਉਸ ਉੱਤੇ ਤੇ ਇਸਹਾਕ ਉੱਤੇ ਤੇ ਦੋਵਾਂ ਦੀ ਔਲਾਦ ਵਿੱਚੋਂ ਕੋਈ ਨੇਕ ਬਖਤ ਹੈ ਤੇ ਕੋਈ ਬੁਰਾ ਕਰਨ ਵਾਲਾ ਹੈ ਆਪਣੀ ਜਾਨ ਦਾ ਸਾਫ਼ ਸਾਫ਼। ਤੇ ਜ਼ਰੂਰ ਅਸਾਂ ਇਹਸਾਨ ਕੀਤਾ ਮੂਸਾ ਤੇ ਹਾਰੂਨ ਉੱਤੇ ਤੇ ਬਚਾ ਦਿੱਤਾ ਅਸਾਂ ਉਹਨਾਂ ਨੂੰ ਤੇ ਉਹਨਾਂ ਦੀ ਕੌਮ ਨੂੰ ਬੜੀ ਸਖਤੀਓਂ ਤੇ ਮਦਦ ਕੀਤੀ ਅਸਾਂ ਉਹਨਾਂ ਦੀ। ਫਿਰ ਹੋ ਗਏ ਉਹ ਜਿੱਤ ਜਾਣ ਵਾਲੇ ਤੇ ਦਿੱਤੀ ਅਸਾਂ ਉਹਨਾਂ ਨੂੰ ਕਿਤਾਬ ਰੋਸ਼ਨ ਤੇ ਪਾਇਆ ਅਸਾਂ ਉਹਨਾਂ ਨੂੰ ਰਾਹ ਸਿੱਧੇ ਤੇ ਬਾਕੀ ਰੱਖਿਆ ਅਸਾਂ ਉਹਨਾਂ ਦਾ ਜ਼ਿਕਰ ਖੈਰ ਪਿਛਲਿਆਂ ਵਿੱਚ ਭਾਈ ਸਲਾਮ ਏ ਮੂਸਾ ਤੇ ਹਾਰੂਨ ਉੱਤੇ। ਅਸੀਂ ਇਸੇ ਤਰ੍ਹਾਂ ਬਦਲਾ ਦਿੰਦੇ ਹਾਂ ਨੇਕ ਬਖਤਾਂ ਨੂੰ। ਜ਼ਰੂਰ ਉਹ ਦੋਵੇਂ ਨੇ ਸਾਡੇ ਇਮਾਨਦਾਰਾਂ ਬੰਦਿਆਂ ਵਿੱਚੋਂ ਤੇ ਜ਼ਰੂਰ ਇਲਿਆਸ ਪੈਗੰਬਰਾਂ ਵਿੱਚੋਂ। ਜਦ ਆਖਿਓ ਸੋ ਆਪਣੀ ਕੌਮ ਨੂੰ ਕਿਉਂ ਨਹੀਂ ਡਰਦੇ ਹੋ, ਕਿਉਂ ਸੱਦਦੇ ਹੋ ਬਾਲ ਨੂੰ, ਬਾਲ ਉਹਨਾਂ ਦੇ ਬੁੱਤ ਦਾ ਨਾਮ ਸੀ, ਤੇ ਛੱਡਦੇ ਹੋ ਸਭ ਪੈਦਾ ਕਰਨ ਵਾਲਿਆਂ ਤੋਂ ਚੰਗੇ ਪੈਦਾ ਕਰਨ ਵਾਲੇ ਨੂੰ, ਅੱਲਾ ਨੂੰ ਜੋ ਰੱਬ ਏ ਤੁਹਾਡਾ ਤੇ ਰੱਬ ਏ ਤੁਹਾਡੇ ਅਗਲਿਆਂ ਪਿਓ ਦਾਦਿਆਂ ਦਾ। ਫਿਰ ਝੁਠਲਾਇਓ ਨੇ ਉਹਨੂੰ, ਫਿਰ ਜ਼ਰੂਰ ਉਹ ਫੜੇ ਆਉਣਗੇ, ਪਰ ਬੰਦੇ ਅੱਲਾ ਦੇ ਚੁਣੇ ਹੋਏ। ਤੇ ਬਾਕੀ ਰੱਖੀ ਅਸਾਂ ਤਾਰੀਫ ਉਹਦੀ ਪਿਛਲਿਆਂ ਵਿੱਚ ਭਾਈ ਸਲਾਮ ਏ ਇਲਿਆਸੀਨ ਉੱਤੇ। ਅਸੀਂ ਇਸੇ ਤਰ੍ਹਾਂ ਬਦਲਾ ਦਿੰਦੇ ਹਾਂ ਨੇਕ ਬਖਤਾਂ ਨੂੰ। ਜ਼ਰੂਰ ਉਹ ਏ ਸਾਡੇ ਇਮਾਨਦਾਰਾਂ ਬੰਦਿਆਂ ਵਿੱਚੋਂ ਤੇ ਲੂਹ ਤੇ ਜ਼ਰੂਰ ਪੈਗੰਬਰਾਂ ਵਿੱਚੋਂ। ਜਦ ਬਚਾ ਦਿੱਤਾ ਅਸਾਂ ਉਸ ਨੂੰ ਤੇ ਉਹਦੇ ਘਰਦਿਆਂ ਸਾਰਿਆਂ ਨੂੰ, ਪਰ ਇੱਕ ਬੁੱਢੀ ਰਹੀ ਪਿੱਛੇ ਰਹਿਣ ਵਾਲਿਆਂ ਵਿੱਚੋਂ। ਫਿਰ ਬਰਬਾਦ ਕਰ ਦਿੱਤੇ ਅਸਾਂ ਦੂਸਰੇ ਸਾਰੇ ਤੇ ਜ਼ਰੂਰ ਤੁਸੀਂ ਲੰਘਦੇ ਹੋ ਉਹਨਾਂ ਦੇ ਕੋਲੋਂ ਦੀ ਸੁਬਾਹ ਕਰਦੇ ਤੇ ਰਾਤ ਵਿੱਚ, ਕਿਉਂ ਫਿਰ ਅਕਲ ਨਹੀਂ ਕਰਦੇ ਹੋ? ਤੇ ਯੂਨਸ ਏ ਜ਼ਰੂਰ ਪੈਗੰਬਰਾਂ ਵਿੱਚੋਂ, ਜਦ ਨੱਸ ਗਿਆ ਉਸ ਭਰੀ ਹੋਈ ਬੇੜੀ ਵੱਲ, ਫਿਰ ਆਪੇ ਵਿੱਚ ਗੁਣਾ ਪਾਇਆ, ਫਿਰ ਹੋ ਗਿਆ ਉਹਨਾਂ ਵਿੱਚੋਂ ਜਿਨ੍ਹਾਂ ਨੂੰ ਹਾਰ ਆਈ। ਫਿਰ ਨਿਕਲ ਗਈ ਉਹਨੂੰ ਮੱਛੀ ਤੇ ਉਹ ਸੀ ਉਲਾਮੇ ਵਾਲਾ ਕੰਮ ਕਰਨ ਵਾਲਾ। ਫਿਰ ਜੇ ਕਦੇ ਨਾ ਹੁੰਦੀ ਇਹ ਗੱਲ ਜੇ ਉਹ ਸੀ ਸੁਭਾਨ ਅੱਲਾ ਪੜ੍ਹਨ ਵਾਲਿਆਂ ਵਿੱਚੋਂ, ਤਾਂ ਠਹਿਰਿਆ ਰਹਿੰਦਾ ਉਹਦੇ ਢਿੱਡ ਵਿੱਚ ਉਸ ਦਿਨ ਤੱਕ ਜਦ ਮੋਏ ਜਿਉਣਗੇ। ਫਿਰ ਸੁੱਟ ਦਿੱਤਾ ਅਸਾਂ ਉਹਨੂੰ ਰੜੇ ਮੈਦਾਨ ਵਿੱਚ ਤੇ ਉਹ ਬਿਮਾਰ ਸੀ, ਤੇ ਉਗਾ ਦਿੱਤਾ ਅਸਾਂ ਉਸ ਉੱਤੇ ਦਰਖਤ ਕੱਦੂ ਦਾ ਤੇ ਭੇਜਿਆ ਅਸਾਂ ਉਹਨੂੰ ਲੱਖ ਆਦਮੀ ਵੱਲ ਜਾਂ ਉਦੋਂ ਵਧੇਰੇ ਲੋਕਾਂ ਵੱਲ। ਫਿਰ ਉਹ ਇਮਾਨ ਲੈ ਆਏ। ਫਿਰ ਵਰਤਨ ਨੂੰ ਦਿੱਤਾ ਅਸਾਂ ਉਹਨਾਂ ਨੂੰ ਇੱਕ ਵਕਤ ਤੱਕ। ਹੁਣ ਪੁੱਛ ਉਹਨਾਂ ਨੂੰ, ਭਲਾ ਤੇਰੇ ਰੱਬ ਲਈ ਨੇ ਧੀਆਂ ਤੇ ਉਹਨਾਂ ਲਈ ਨੇ ਪੁੱਤਰ, ਜਾਂ ਪੈਦਾ ਕੀਤਾ ਅਸਾਂ ਫਰਿਸ਼ਤਿਆਂ ਨੂੰ ਜ਼ਨਾਨੇ ਤੇ ਉਹ ਵੇਖਦੇ ਸਨ? ਸੁਣਨਾ ਏ ਜ਼ਰੂਰ ਉਹ ਮਨ ਘੜੇ ਗੱਲਾਂ ਕਰਦੇ ਨੇ, ਭਾਈ ਅੱਲਾ ਦੇ ਔਲਾਦ ਹੋਈ ਏ ਤੇ ਉਹ ਜ਼ਰੂਰ ਝੂਠੇ ਨੇ।
ਅੱਲਾ ਨੇ ਭਲਾ ਪਸੰਦ ਕੀਤੀਆਂ ਸੁਤੀਆਂ ਪੁੱਤਰਾਂ ਨਾਲੋਂ? ਕੀ ਹੋ ਗਿਆ ਤੁਹਾਨੂੰ? ਕਿਆ ਇਨਸਾਫ ਕਰਦੇ ਹੋ? ਕਿਉਂ ਫਿਰ ਸੋਚਦੇ ਨਹੀਂ ਹੋ? ਜਾਂ ਤੁਸਾਂ ਕੋਲ ਕੋਈ ਦਲੀਲ ਹੈ ਸਾਫ ਤਾਂ ਲਿਆਓ ਕੋਈ ਕਿਤਾਬ ਆਪਣੀ, ਜੇ ਤੁਸੀਂ ਸੱਚੇ ਹੋ ਤੇ ਬਣਾ ਦਿੱਤੀ ਨੇ ਖੁਦਾ ਵਿੱਚ ਤੇ ਜਿੰਨਾਂ ਵਿੱਚ ਸਾਕੇਦਾਰੀ ਤੇ ਜ਼ਰੂਰ ਜਾਣ ਚੁੱਕੇ ਨੇ ਜਿੰਨ ਭਾਈ ਉਹਨਾਂ ਜ਼ਰੂਰ ਫੜਿਆ ਹੋਣਾ ਹੈ। ਬੇਐਬ ਅੱਲਾ ਉਸ ਤੋਂ ਜੋ ਬਿਆਨ ਕਰਦੇ ਨੇ, ਪਰ ਬੰਦੇ ਅੱਲਾ ਦੇ ਚੁਣੇ ਹੋਏ। ਸੋ ਤੁਸੀਂ ਤੇ ਜਿਸ ਨੂੰ ਪੂਜਦੇ ਹੋ, ਨਹੀਂ ਤੁਸੀਂ ਸਾਰੇ ਖੁਦਾ ਉੱਤੇ ਝੂਠ ਜੋੜ ਕੇ ਖਰਾਬ ਕਰ ਸਕਦੇ, ਪਰ ਉਸੇ ਨੂੰ ਜੋ ਪੈਣ ਵਾਲਾ ਦੋਜ਼ਖ ਵਿੱਚ, ਤੇ ਨਹੀਂ ਅਸਾਂ ਵਿੱਚੋਂ ਕੋਈ ਪਰ ਉਸ ਦਾ ਥਾਂ ਮਲੂਮ ਹੈ। ਤੇ ਜ਼ਰੂਰ ਅਸੀਂ ਹਾਂ ਸਫ ਬੰਨਣ ਵਾਲੇ ਖਿਦਮਤਗਾਰ, ਤੇ ਜ਼ਰੂਰ ਅਸੀਂ ਸੁਬਹਾਨ ਅੱਲਾ ਪੜ੍ਹ ਰਹੇ ਹਾਂ। ਤੇ ਜ਼ਰੂਰ ਇਹ ਲੋਕ ਆਖਦੇ ਹੁੰਦੇ ਸਨ, ਜੇ ਹੁੰਦੀ ਅਸਾਂ ਕੋਲ ਕੋਈ ਕਿਤਾਬ ਪਹਿਲਿਆਂ ਦੀ ਤਾਂ ਹੋ ਜਾਂਦੇ ਅਸੀਂ ਬੰਦੇ ਅੱਲਾ ਦੇ ਚੁਣੇ ਹੋਏ। ਸੋ ਫਿਰ ਗਏ ਨੇ ਇਸ ਕਿਤਾਬੋਂ, ਹੁਣ ਅੱਗੋਂ ਜਾਣਨਗੇ। ਤੇ ਜ਼ਰੂਰ ਪਹਿਲੇ ਹੋ ਚੁੱਕਾ ਹੁਕਮ ਸਾਡਾ ਆਪਣੇ ਪੈਗਾਮ ਦੇ ਕੇ ਭੇਜਿਆ ਹੋਇਆ ਬੰਦਿਆਂ ਲਈ, ਭਾਈ ਜ਼ਰੂਰ ਉਹਨਾਂ ਹੀ ਦੀ ਮਦਦ ਹੋਣੀ ਹੈ ਤੇ ਜ਼ਰੂਰ ਸਾਡੀ ਫੌਜ ਨੇ ਜਿੱਤਣਾ ਹੈ। ਸੋ ਇਹ ਹਬੀਬ ਤੁਸੀਂ ਮੂੰਹ ਮੋੜ ਲਓ ਉਹਨਾਂ ਵੱਲੋਂ ਇੱਕ ਵਕਤ ਤੱਕ, ਤੇ ਵੇਖਦੇ ਰਹੋ ਉਹਨਾਂ ਵੱਲ, ਫਿਰ ਅੱਗੋਂ ਖੁਦ ਵੀ ਵੇਖ ਲੈਣਗੇ। ਕਿਉਂ ਫਿਰ ਅਜ਼ਾਬ ਸਾਡਾ ਸ਼ਿਤਾਬੀ ਮੰਗਦੇ ਨੇ, ਫਿਰ ਜਦ ਉਤਰੇਗਾ ਉਹਨਾਂ ਦੇ ਮੈਦਾਨ ਵਿੱਚ ਤਦ ਬੁਰੀ ਹੋਵੇਗੀ ਸੁਬਾ ਉਹਨਾਂ ਦੀ ਜਿਹਨਾਂ ਨੂੰ ਡਰਾਇਆ ਸੀ। ਤੇ ਮੂੰਹ ਫੇਰ ਲੈ ਉਹਨਾਂ ਤੋਂ ਇੱਕ ਵਕਤ ਤੱਕ ਤੇ ਵੇਖਦਾ ਰਹਿ, ਹੁਣ ਅੱਗੋਂ ਵੇਖ ਲੈਣਗੇ। ਬੇਐਬ ਹੈ ਰੱਬ ਤੇਰਾ ਇੱਜ਼ਤ ਵਾਲਾ ਉਸ ਐਬੋਂ ਜੋ ਬਿਆਨ ਕਰਦੇ ਨੇ, ਤੇ ਸਲਾਮ ਹੈ ਪੈਗੰਬਰਾਂ ਉੱਤੇ, ਤੇ ਸਭ ਸੋਭਾ ਅੱਲਾ ਹੀ ਜੀਏ ਜੋ ਪਾਲਣਹਾਰ ਸਾਰੇ ਜੱਗ ਦਾ।